ਸਿੱਧੂ ਮੂਸੇਵਾਲਾ ਮੂਸੇਵਾਲਾ ਹੋਈ ਪਈ ਆ। ਜੀ ਹਾਂ ਦੋਸਤੋ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਧੂ ਮੂਸੇਵਾਲੇ ਨੇ ਪੰਜਾਬੀ 뮤직 ਇੰਡਸਟਰੀ ਨੂੰ ਹਿੱਟ ਤੋਂ ਹਿੱਟ ਗੀਤ ਦੇ ਕੇ ਇੰਡਸਟਰੀ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਹੈ। ਤੇ ਦੂਜੇ ਪਾਸੇ ਮੁੱਖ ਮੰਤਰੀ ਆਪਣੀ ਟਿਕਟੌਕ ਵਾਇਰਲ ਵੀਡੀਓਸ ਕਰਕੇ ਫੇਮਸ ਹੋਇਆ, ਜਿਸ ਦਾ ਪਹਿਲਾ ਗੀਤ ਧਮਕਦਾ ਬੇਸ, ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਇਸ ਤੋਂ ਬਾਅਦ ਧਰਮਪ੍ਰੀਤ ਯਾਨੀ ਕਿ ਮੁੱਖ ਮੰਤਰੀ ਦਾ ਦੂਜਾ ਗੀਤ ਡੈਵਲ ਰਿਲੀਜ਼ ਹੋਇਆ, ਜੋ ਕਿ ਪਿਛਲੇ ਕੁਝ ਦਿਨਾਂ ਤੋਂ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਸਿੱਧੂ ਮੂਸੇਵਾਲੇ ਨੂੰ ਸਿੱਧੇ ਤੌਰ ਤੇ ਰਿਪਲਾਈ ਕੀਤਾ ਗਿਆ ਹੈ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਕੱਟੜ ਫੈਨਸ ਨੇ ਮੁੱਖ ਮੰਤਰੀ ਦੇ ਡੈਵਲ ਗੀਤ ਤੇ ਕਿੱਦਾਂ ਕੱਢਿਆ ਗੁੱਸਾ, ਆਓ ਤੁਹਾਨੂੰ ਲੈ ਚੱਲਦੇ ਆ ਉਹਨਾਂ ਦੇ ਕਮੈਂਟਾਂ ਵੱਲ। ਜੁਗੇਸ਼ ਧਮਾਨ ਜੀ ਲਿਖਦੇ ਨੇ, ਬੀਬਾ ਡੈਵਲਾਂ ਦੇ ਨਾਲ ਨਾ ਤੂੰ ਖੇਡ, ਜੇ ਰਿਪਲਾਈ ਆ ਗਿਆ ਨਾ ਤੇਰਾ ਪੂਰਾ ਕਰੀਅਰ ਬਰਬਾਦ ਹੋ ਜਾਣਾ। ਤੇ ਗੁਰਮਨ ਗਿੱਲ ਕਹਿੰਦਾ, ਡੈਵਲਾਂ ਦੇ ਨਾਲ ਨਾ ਤੂੰ ਖੇਡ ਨਾ ਕਰੋ, ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ, ਤੁਸੀਂ ਸਿੱਧੂ ਦੀ ਰੇਸ ਕਿੱਥੋਂ ਕਰ ਲਓਗੇ, ਸਿੱਧੂ ਦੇ ਤਾਂ ਡੁਪਲੀਕੇਟ ਵੀ ਹਿੱਟ ਹੁੰਦੇ ਨੇ। ਉਧਰ ਨਵਜੋਤ ਸਿੰਘ ਲਿਖਦਾ ਹੈ, ਜੋ ਚੜ੍ਹਦੀ ਵਰੇਸ ਚ ਕਰਾਉਂਦੀ ਰਾਖਨੀ, ਉਂਗਲਾਂ ਤੇ ਚਾੜੀ ਫਿਰਦੀ ਜਵਾਗਨੀ। ਡੀਜੇ ਹਰਜੀਤ ਦਾ ਕਹਿਣਾ ਹੈ, ਅਸੀਂ ਸਿੱਧੂ ਮੂਸੇਵਾਲੇ ਦੇ ਫੈਨ ਹਾਂ, ਮੁੱਖ ਮੰਤਰੀ ਤੇਰੀ ਇਹ ਗੱਲ ਗਲਤ ਹੈ, ਸੁਧਰ ਜਾ ਨਹੀਂ ਤਾਂ ਰਿਪਲਾਈ ਆ ਜਾਣਾ। ਦੋਸਤੋ, ਜਿਵੇਂ ਕਿ ਤੁਸੀਂ ਸਭ ਨੇ ਦੇਖ ਹੀ ਲਿਆ, ਮੁੱਖ ਮੰਤਰੀ ਦੇ ਡੈਵਲ ਗੀਤ ਵਿੱਚ ਸਿੱਧੂ ਮੂਸੇਵਾਲਾ ਮੂਸੇਵਾਲਾ ਹੋਈ ਪਈ ਆ। ਮੁੱਖ ਮੰਤਰੀ ਦੇ ਡੈਵਲ ਗੀਤ ਬਾਰੇ ਤੁਹਾਡੇ ਕੀ ਵਿਚਾਰ ਨੇ, ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਤੇ ਆਪਣੇ ਹੀ ਚੈਨਲ ਟੌਪ 10 ਬੈਸਟ ਲਿਸਟ ਐਵਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤਾਂ ਜੋ ਪੰਜਾਬੀ 뮤직 ਇੰਡਸਟਰੀ ਦੀ ਹਰ ਇੱਕ ਅਪਡੇਟ ਮਿਲ ਜਾਵੇ ਤੁਹਾਨੂੰ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼। ਥੈਂਕਸ ਫੋਰ ਵਾਚਿੰਗ, ਬਾਏ ਬਾਏ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ।